ਕਮੇਟੀ ਦੀਆਂ ਚੋਣਾਂ ਹੋਣ ਅਤੇ ਉਦੋਂ ਸ਼ਰਾਬ ਫੀਮ ਭੁੱਕੀ ਵਰਤੇ ਬਹੁਤ ਵੱਡਾ ਕੰਮ ਦਾ ਦਿਖਾਉਂਦਾ, ਪਰ ਮੈਂ ਇਸ ਇਲਾਕੇ ਵਿੱਚ ਸ਼੍ਰੀ ਅਨੰਦਪੁਰ ਸਾਹਿਬ ਦੇ ਇਲਾਕੇ 'ਚੋਂ ਪਿੰਡਾਂ 'ਚ ਵਿਚਰ ਰਿਹਾ ਅਤੇ ਮੈਨੂੰ ਸੈਂਕੜੇ ਸਿੱਖ ਇੱਥੇ ਮਿਲੇ ਆ ਜਿਨ੍ਹਾਂ ਨੇ ਦੱਸਿਆ ਕਿ ਇੱਥੇ ਸ਼੍ਰੋਮਣੀ ਕਮੇਟੀ ਦਾ ਮੈਂਬਰ ਹੀ ਸਮੈਕ ਵੇਚ ਰਿਹਾ। ਉਹਦੇ ਆਉਣ ਦੇ ਨਾਲ ਹੀ ਮੈਂਬਰ ਦੇ ਇੱਥੇ ਜਿਹੜਾ ਹੈਗਾ ਜਿਹੜਾ ਇੱਥੋਂ ਦਾ ਮੈਂਬਰ ਆ ਸ਼੍ਰੋਮਣੀ ਕਮੇਟੀ ਦਾ, ਉਹਦੇ ਬਾਰੇ ਮੈਨੂੰ ਸੈਂਕੜੇ ਸਿੱਖ ਮਿਲੇ ਆ। ਉਹਨਾਂ ਨੇ ਕਿਹਾ ਕਿ ਜਿਹੜਾ ਇੱਥੇ ਲੁਧਿਆਣੇ ਤੋਂ ਲਿਆ ਕੇ ਇੱਥੇ SGPC ਦਾ ਮੈਂਬਰ ਬਣਾਇਆ ਹੋਇਆ ਉਹ ਇੱਥੇ ਸਮੈਕ ਦਾ ਧੰਦਾ ਕਰ ਰਿਹਾ, ਉਹਦੇ ਕਰਕੇ ਨੌਜਵਾਨ ਸਮੈਕ 'ਤੇ ਲੱਗ ਗਏ। ਕਹਿੰਦੇ ਅਸੀਂ ਪਹਿਲਾਂ ਸਮੈਕ ਇੱਥੇ ਸੁਣੇ ਹੀ ਨਹੀਂ ਸੀ ਕਦੇ, ਪਰ ਜਦੋਂ ਦਾ ਉਹ ਮੈਂਬਰ SGPC ਜਿਹਨੇ ਧਰਮ ਪ੍ਰਚਾਰ ਕਰਨਾ ਸੀ ਉਹ ਸਮੈਕ ਵੇਚਣ 'ਤੇ ਲੱਗਾ। ਕੋਈ ਨਾਮ ਉਹਦਾ ਜੀ? ਨਾਂ ਤਾਂ ਹੁਣ ਤੁਹਾਨੂੰ ਪਤਾ ਹੀ, ਲੁਧਿਆਣੇ ਤੋਂ ਅਮਰਜੀਤ ਸਿੰਘ ਚਾਵੜੇ ਨੂੰ ਲਿਆ ਕੇ ਇੱਥੇ ਲਾਇਆ ਹੋਇਆ ਉਹਨਾਂ ਨੇ। ਜਿਹੜੇ ਸੈਂਕੜੇ ਸਿੱਖ ਆ ਉਹ ਸਾਰੇ ਉਹਦਾ ਨਾਂ ਲੈ ਰਹੇ, ਮੈਨੂੰ ਤਾਂ ਇੱਥੇ ਸੈਂਕੜੇ ਮਿਲੇ ਆ। ਮੈਂ ਤੁਹਾਨੂੰ ਵੀ ਮੀਡੀਆ ਨੂੰ ਮਿਲਾ ਦੂੰਗਾ, ਜਿਹੜੇ ਸ਼ਰੇਆਮ ਕਹਿ ਰਹੇ ਤੁਹਾਨੂੰ ਮਿਲਦੇ ਵੀ ਆ, ਔਰ ਉਹ ਕਹਿ ਰਹੇ ਆ ਕਿ ਪਹਿਲਾਂ ਸਮੈਕ ਦਾ ਕਦੇ ਨਾਂ ਨਹੀਂ ਸੁਣਿਆ, ਜਦੋਂ ਦਾ ਉਹ ਮੈਂਬਰ ਇੱਥੇ ਆਇਆ ਉਹਨੇ ਸਮੈਕ ਦਾ ਅੱਡਾ ਬਣਾ ਦਿੱਤਾ ਹੈ। ਦੇਖੋ ਡੇਰੇ ਵਾਲੇ ਨੂੰ ਜਿਹੜਾ ਹੈਗਾ ਸਜ਼ਾ ਦੇ ਕੇ ਸਾਧਵੀਆਂ ਦੇ ਨਾਲ ਇਨਸਾਫ਼ ਹੋਇਆ ਕਤਲ ਭਾਵੇਂ 15 ਸਾਲ ਬਾਅਦ ਹੋਇਆ, ਪਰ ਸਾਨੂੰ 34-35 ਸਾਲ ਬਾਅਦ ਵੀ ਅੱਜ ਤੱਕ ਜਿਹੜਾ 84 ਦੇ ਕਤਲੇਆਮ ਦਾ, ਹਰਿਮੰਦਰ ਸਾਹਿਬ ਦੇ ਅਕਾਲ ਤਖ਼ਤ ਦੇ ਅਟੈਕ ਦਾ, ਹਜ਼ਾਰਾਂ ਲੱਖਾਂ ਸ਼ਹੀਦ ਕਰਨ ਦਾ, ਅੱਜ ਤੱਕ ਸਾਨੂੰ ਸਰਕਾਰ ਨੇ ਇਨਸਾਫ਼ ਨਹੀਂ ਦਿੰਦਾ। ਸਾਡੀ ਇਨਸਾਫ਼ ਦੀ ਮੰਗ ਅੱਜ ਵੀ ਉੱਥੇ ਖੜ੍ਹੀ ਆ। ਕੇਂਦਰ ਸਰਕਾਰ ਨਿਆਂਪਾਲਿਕਾ ਚਾਹੇ ਉਹ ਹਾਈ ਕੋਰਟ ਆ ਅਤੇ ਚਾਹੇ ਉਹ ਸੁਪਰੀਮ ਕੋਰਟ ਆ, ਉਹਨਾਂ ਨੂੰ ਸਾਡੇ ਮਸਲੇ ਦੇ ਸਿੱਖਾਂ ਦੇ ਮਸਲੇ 'ਚ ਵੀ ਇਨਸਾਫ਼ ਕਰਨਾ ਚਾਹੀਦਾ। ਅੱਜ ਤੱਕ ਸਾਡੇ ਨਾਲ ਕੋਈ ਇਨਸਾਫ਼ ਨਹੀਂ। ਦੇਰੀ ਦਾ ਕਾਰਨ ਤੁਸੀਂ ਕੀ ਮੰਨਦੇ? ਇੰਨੀ ਦੇਰੀ ਕਿਉਂ ਹੋ ਰਹੀ ਹੈ? ਸਿਆਸਤ ਹੈ, ਘੱਟ ਗਿਣਤੀ ਹੈ ਸਾਡੀ ਜਿਹੜੀ ਆ ਉਹ ਸਿਆਸਤ ਖੇਡ ਰਹੇ ਆ ਸਾਡੇ ਨਾਲ। ਘੱਟ ਗਿਣਤੀਆਂ ਦੀ ਕੋਈ ਇੱਥੇ ਜਿਹੜੀ ਹੈਗੀ ਆ ਉਹ ਕੁਛ ਪ੍ਰਤੀਤ ਨਹੀਂ ਹੈਗੀ। ਉਹਨਾਂ ਨੂੰ ਘੜੇ ਦੀਆਂ ਮੱਛੀਆਂ ਬਣਾਇਆ ਹੋਇਆ, ਉਹਨਾਂ ਦੇ ਜਿਹੜੇ ਲੀਡਰ ਨੇ ਉਹਨਾਂ ਨੂੰ ਇਹ ਚਾਰਾ ਪਾ ਕੇ ਫੀਤੀਆਂ ਲਾ ਕੇ ਵਜ਼ੀਰੀਆਂ ਦਾ ਅਤੇ ਅਹੁਦੇਦਾਰੀਆਂ ਦਾ ਅਤੇ ਜਿਹੜਾ ਕੌਮ ਦਾ ਕਤਲੇਆਮ ਕਰ ਰਹੇ ਆ। ਸਾਡੀ ਕੌਮ ਦੀ ਸੁਣਵਾਈ ਨਹੀਂ ਹੈ। SGPC ਤੁਸੀਂ ਗੱਲ ਕਰਦੇ ਹੋ, SGPC ਨੂੰ ਇਹਨਾਂ ਤੋਂ ਮੁਕਤ ਅਕਾਲੀਆਂ ਤੋਂ ਤੁਸੀਂ ਕਿਸ ਤਰੀਕੇ ਕਰਾਉਂਗੇ? ਅਸੀਂ ਦੇਖੋ ਸਿੱਖ ਸੰਗਤਾਂ ਨੂੰ ਪ੍ਰੇਰਨਾ ਕਰ ਰਹੇ ਹਾਂ, ਜਿਸ ਤਰ੍ਹਾਂ ਇਸ ਵੇਲੇ ਅਕਾਲੀਆਂ ਦੇ ਅੱਜ ਜੇਕਰ ਸ਼੍ਰੋਮਣੀ ਕਮੇਟੀ ਦੀ ਇਲੈਕਸ਼ਨ ਹੁੰਦੀ ਆ ਅਤੇ ਬਾਅਦ ਉਹਨਾਂ ਨੂੰ ਸ਼੍ਰੋਮਣੀ ਕਮੇਟੀ ਗੁਰਦੁਆਰਿਆਂ 'ਚੋਂ ਬਾਹਰ ਕੱਢ ਦਊਗੀ, ਕੌਮ ਦੇ ਅੰਦਰ ਰੋਸ ਆ, ਰੋਹ ਆ, ਗੁਰੂ ਸਾਹਿਬ ਦੀ ਜਿਹੜੀ ਬੇਅਦਬੀ ਇਹਨਾਂ ਦੇ ਰਾਜ 'ਚ ਹੋਈ ਹੈ, ਜਿਹੜੇ ਸਿੰਘ ਸ਼ਹੀਦ ਇਹਨਾਂ ਨੇ ਕੀਤੇ, ਜਿਹੜੇ ਮੁਕੱਦਮੇ ਦਰਜ ਕਰ ਸਾਨੂੰ ਜੇਲ੍ਹਾਂ 'ਚ ਰੱਖਿਆ, ਪੂਰੀ ਕੌਮ ਦਾ ਰੋਹ ਆ ਬਾਦਲਾਂ ਦੇ ਖਿਲਾਫ਼।